आज मलोट के नजदीक छपिया वालों के गुरु तेग बहादुर खालसा इंस्टीट्यूट ऑफ इंजीनियरिंग एंड टेक्नोलॉजी कॉलेज, उस टाइम माहौल तनावपूर्ण हो गया जब कॉलेज के 300 के करीब नॉन टीचिंग स्टाफ को जबरी एक साल के लिए छुट्टी पर भेजना शुरू कर दिया, जिसके विरोध में नॉन टीचिंग स्टाफ की ओर से कॉलेज के खिलाफ धरना लगा दिया। धरनाकारियों ने कहा कि वो पिछले कई सालों से काम करते आ रहे हैं और उनको पिछले 8 महीनों से कोई वेतन नहीं मिला, और कॉलेज की तरफ से वेतन तो देना दूर की बात बल्कि उनको जबरी एक साल के लिए छुट्टी पर भेजा जा रहा है, कॉलेज के प्रिंसिपल की ओर से बुरा व्यवहार किया जा रहा है, जबकि आप लाखों तनख्वाह ले रहे हैं और हमें ये कहकर छुट्टी पर भेज रहे हैं कि कॉलेज कॉल सैलरी देने के लिए पैसा नहीं है। दूसरी तरफ कॉलेज के डायरेक्टर कम प्रिंसिपल राहुल मल्होत्रा का कहना है कि कॉलेज पिछले सालों से घाटे में चल रहा है, सरकार की तरफ से पिछले 3 सालों का स्कॉलरशिप फंड करीब 7 करोड़ बनता है नहीं मिला, जिसके चलते कॉलेज में फंड की कमी है, जिससे स्टाफ को देने के लिए पैसा नहीं है, इस कारण स्टाफ को छुट्टी पर भेज रहे हैं। उन्होंने इसके लिए पंजाब सरकार को जिम्मेवार ठहराया। मेरा नाम राजपाल कौर है जी, मैं स्टूडेंट सैक्शन इंजीनियरिंग कॉलेज के जॉब करती हूँ और पिछले 20 साल तो इस कॉलेज के अपॉइंटेड है जी। ये जिन्हें भी पुराने मुलाजम है सारे हरासमेंट कर रहे हैं जी, पिछले 7-8 महीने तो सानू सैलरी नहीं दे रहे, हूँ सानू सारे ये जबरी छुट्टी पर भेज रहे हैं जी। साढ़े 1-1 साल जबरी छुट्टी का नोटिस इन्होंने कढ़िया, सानू कहंदे आ कि फाइनैशियली प्रॉब्लम आ, जदों कि जे फाइनैशियली प्रॉब्लम आ तो फिर ये चारे प्रिंसीपल जिहड़े आ जां 3 प्रिंसीपल और अमरचंद मुजाल इन्हां दीआं तनखाहां दे पैसे कित्थों आउंदे आ जी। ਕਿੰਨੇ ਇੰਪਲਾਈ ਹੋਣਗੇ? 300-350 ਦੇ ਨੇੜੇ ਇੰਪਲਾਈ ਆ ਜੀ, ਜਿਨ੍ਹਾਂ ਨੂੰ ਪਿਛਲੇ 7 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ। ਅੱਛਾ, ਤੁਸੀਂ ਇਹਨਾਂ ਕੋਲ ਗਏ ਤਾਂ ਇਹ ਤੁਹਾਨੂੰ ਕੀ ਕਹਿ ਰਿਹਾ ਸੈਲਰੀ ਦਾ ਵੀ? ਸਰ ਸਾਨੂੰ ਇਹ ਕਹਿੰਦੇ ਆ ਕਿ ਕਾਲਜ ਘਾਟੇ 'ਚ ਚੱਲ ਰਿਹਾ ਜੀ, ਸਕਾਲਰਸ਼ਿਪ ਨਹੀਂ ਆ ਰਹੀ, ਕਾਲਜ ਕੋਲ ਪੈਸਾ ਹੈ ਨਹੀਂ। ਅੱਛਾ, ਪਰ ਹਾਂ ਛੁੱਟੀ ਭਰ ਦਿਓ ਤੁਸੀਂ, 1-1 ਸਾਲ ਦੀ ਛੁੱਟੀ ਤੇ ਚਲੇ ਜਾਓ, ਸਾਨੂੰ ਸਟਾਫ ਮੈਂਬਰਾਂ ਨੂੰ ਇੱਕ ਇੱਕ ਕਰਕੇ ਬੁਲਾਉਂਦੇ ਆ ਜੀ, ਔਰ ਖੁਰਾਣਾ ਤੇ ਮੁਜਾਲ, ਬਲਜੀਤ ਖੁਰਾਣਾ ਤੇ ਮੁਜਾਲ ਨੇ ਸਾਨੂੰ ਬੁਲਾ ਕੇ ਇਕੱਲੇ ਇਕੱਲਿਆਂ ਨੂੰ ਇਹ ਕਿਹਾ ਕਿ ਤੁਸੀਂ ਇੱਥੇ ਸਾਈਨ ਕਰੋ, 15 ਮਿੰਟ ਦੇ ਵਿੱਚ ਡਿਸੀਜਨ ਲਓ। ਸਰ 19-19 ਸਾਲ ਦੀ ਜੋਬ ਕਰਕੇ ਅਸੀਂ 15 ਮਿੰਟ ਦੇ ਵਿੱਚ ਇੰਨਾ ਵੱਡਾ ਡਿਸੀਜਨ ਕਿਵੇਂ ਲੈ ਸਕਦੇ ਹਾਂ? ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਇਹ ਡਿਸੀਜਨ ਨਹੀਂ ਲੈਣਾ ਤੇ ਫਿਰ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਨਾਲ ਦੀ ਨਾਲ ਸਾਡਾ ਨੋਟਿਸ 1-1 ਸਾਲ ਦੀ ਜਬਰੀ ਛੁੱਟੀ ਦਾ ਕੱਢ ਦਿੱਤਾ ਤੇ ਲਿਖਿਆ ਹੈ ਜਬਰੀ ਛੁੱਟੀ, ਹਾਂਜੀ ਜਬਰੀ ਛੁੱਟੀ ਤੇ ਭੇਜਿਆ ਜਾ, ਸਾਰਾ ਅਟੈਂਡੈਂਸ ਨਹੀਂ ਲਾਉਣ ਦਿੰਦੇ ਸਾਨੂੰ। ਇਸ ਤੋਂ ਅਗਲਾ ਕੀ ਤਨਖਾਹ ਲੈਂਦੇ ਨੇ ਤੇ ਸਟਾਫ ਨੂੰ ਹਰਾਸ ਕਰਦੇ ਨੇ, ਚਾਹੇ ਉਹ ਕਲੈਰੀਕਲ ਆ, ਚਾਹੇ ਉਹ ਛੋਟੇ ਵਾਲਾ, ਚਾਹੇ ਉਹ 4th ਕਲਾਸ ਆ, ਇਹ ਸਾਰਿਆਂ ਤੇ ਜ਼ੁਲਮ ਕਰਦੇ ਨੇ, ਈਵਨ ਮੈਡਮਾਂ ਨੂੰ ਵੀ ਇਹ ਤੰਗ ਕਰਦੇ ਨੇ ਤੇ ਉਹ ਤੋਂ ਬਾਅਦ ਇਹ ਉਹਨਾਂ ਸਾਰਿਆਂ ਨੂੰ ਇਹ ਜਬਰੀ ਛੁੱਟੀ ਤੇ ਭੇਜ ਦਿੰਦੇ ਨੇ। ਹੁਣ ਜਬਰੀ ਛੁੱਟੀ ਜਿਨ੍ਹਾਂ ਨੇ 20-20 ਸਾਲ ਹੋ ਗਏ ਇੱਥੇ ਨੌਕਰੀਆਂ ਕਰਦੇ ਨਾ, ਆਹ ਬਿਲਡਿੰਗਾਂ ਇੰਡੀਆ ਬਣਾਈਆਂ, ਪਿੰਡ ਨੇ ਜ਼ਮੀਨ ਦਿੱਤੀ ਹੈ ਇੱਥੇ, ਆਹ ਇੱਥੇ ਮਿਹਨਤ ਕਰਕੇ, ਸਟਾਫ ਦੀ ਮਿਹਨਤ ਕਰਕੇ ਇਹ ਚੀਜ਼ ਬਣੀ ਆ, ਨਾ ਕਿ ਇਹਨਾਂ ਨੇ ਇਹ ਐਡੀਆਂ ਵੱਡੀਆਂ ਤਨਖਾਹ ਲੈ ਰਹੇ ਨੇ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹਨਾਂ ਦੀਆਂ ਤਨਖਾਹਾਂ, ਇੰਨੀਆਂ ਤਨਖਾਹਾਂ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਤਾਂ ਇਹ ਕਿੱਥੋਂ ਆ ਰਹੀਆਂ ਨੇ? ਕੌਣ ਕੌਣ ਜ਼ਿੰਮੇਵਾਰ ਇਹਦੇ ਲਈ, ਜਾਂ ਕੌਣ ਕੌਣ ਬੰਦੇ ਜਿਹੜੇ ਕਾਲਜ ਅਥਾਰਟੀ ਜਿਹੜੇ ਇਸ ਤਰ੍ਹਾਂ ਇਹ ਸਰ ਸਾਡੇ 4 ਜਾਣੇ ਨੇ ਇੱਥੇ, ਡਾਇਰੈਕਟਰ ਰਾਹੁਲ ਮਲਹੋਤਰਾ, ਉਮੇਸ਼ ਗਰਗ, ਬਲਜੀਤ ਖੁਰਾਨਾ ਤੇ ਮਿਸਟਰ ਮੁਜਾਲ। ਕਿਹੜੇ ਮੁਲਾਜ਼ਮ ਆ ਜਿਹੜੇ ਧਰਨੇ ਦੇ? ਤਾਂ ਸਾਰੇ ਸਟਾਫ ਮੈਂਬਰ ਬੈਠੇ ਨੇ ਜੀ, ਸਾਰਾ ਕਾਲਜ ਆ, ਚਾਰੋ ਕਾਲਜ ਦੇ ਗਰੁੱਪ ਬੈਠੇ ਨੇ, ਫਾਰਮੈਸੀ ਨੂੰ ਛੱਡ ਕੇ ਇਕੱਲੇ ਨੂੰ, ਉਧਰ ਮੈਡਮ ਨਾਲ ਸਟਾਫ ਆਪਣੀ ਜਗ੍ਹਾ ਤੇ ਠੀਕ ਹੈ ਬਿਲਕੁਲ। ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਨਾਨ ਟੀਚਿੰਗ ਸਟਾਫ ਲੋੜ ਤੋਂ ਬਹੁਤ ਜ਼ਿਆਦਾ ਹੈ, 10 ਗੁਣਾ ਜ਼ਿਆਦਾ, ਪਰ ਹੁਣ ਅਸੀਂ ਕਿਸੇ ਤੋਂ ਨਹੀਂ ਕਰਨਾ ਚਾਹੁੰਦੇ ਇਸ ਤਰੀਕੇ ਦੇ, ਤੇ ਸੈਲਰੀ ਦੀ ਪ੍ਰੋਬਲਮ ਹੈ, 7 ਮਹੀਨੇ ਹੋ ਗਏ ਅੱਜ ਸੈਲਰੀ ਨਹੀਂ ਆਈ, ਇਹਦੇ ਤੋਂ ਅਸੀਂ ਨਾ ਕੰਮ ਹੋਣ ਕਰਕੇ ਛੁੱਟੀ ਭੇਜਿਆ, ਕੱਢਿਆ ਕਿਸੇ ਨੂੰ ਵੀ ਨਹੀਂ ਹੈ, ਰਿਲੀਫ ਕਿਸੇ ਨੂੰ ਨਹੀਂ ਕਰ ਰਹੇ, ਛੁੱਟੀ ਭੇਜ ਰਹੇ ਹਾਂ। ਪੰਜਾਬ ਸਰਕਾਰ ਤੋਂ ਸਾਨੂੰ 3 ਸਾਲ ਹੋ ਗਏ ਅੱਜ ਤੱਕ ਕੋਈ ਫੰਡ ਨਹੀਂ, 7 ਕਰੋੜ ਰੁਪਏ ਦੇ ਅਰਾਊਂਡ ਅਸੀਂ ਲੈਣਾ, ਹੁਣ ਜਦੋਂ ਉਹ ਅਮਾਊਂਟ ਸਾਡੇ ਕੋਲ ਨਹੀਂ ਆਊਗਾ ਅਸੀਂ ਸੈਲਰੀ ਕਿੱਥੋਂ ਪੇ ਕਰ ਸਕਦੇ? ਸੈਲਫ ਫਾਈਨਾਂਸ ਕਾਲਜ ਹੈ, ਕਾਲਜ ਦੇ ਵਿੱਚ ਕੋਈ ਫੰਡਸ ਨਹੀਂ ਹੈ ਇਹਨਾਂ ਨੂੰ ਸੈਲਰੀਜ਼ ਦੇਣ ਵਾਸਤੇ, ਅਗਾਂਹ ਖਾਂ ਜੇ ਅਗਰ ਅਸੀਂ ਉਹਨਾਂ ਨੂੰ ਕੰਟੀਨਿਊ ਕਰਵਾਉਂਦੇ ਹਾਂ ਤੇ ਸਾਡੇ ਤੇ ਬਰਡਨ ਬਣਦਾ। ਅੱਛਾ, ਕੀ ਸਰ ਪੋਸਟ ਮੈਟ੍ਰਿਕ ਕਰਕੇ ਮਤਲਬ ਇਸ ਤਰ੍ਹਾਂ? ਪੋਸਟ ਮੈਟ੍ਰਿਕ ਸਕਾਲਰਸ਼ਿਪ ਤਾਂ 0 ਸਾਡੇ ਕੋਲ ਅਮਾਊਂਟ ਅੱਜ ਤੱਕ ਰਿਸੀਵ ਹੋ ਰਿਹਾ, ਜਿਹੜਾ ਪਿੱਛੇ 118 ਕਰੋੜ ਵੰਡਿਆ ਸਰਕਾਰ ਨੇ ਉਹ ਸਾਰਾ ਗਵਰਨਮੈਂਟ ਕਾਲਜਿਸ ਨੂੰ ਵੰਡਤਾ, ਪ੍ਰਾਈਵੇਟ ਕਾਲਜਿਸ ਨੂੰ 1 ਪੈਸਾ ਨਹੀਂ ਆਇਆ। ਹੁਣ ਅਸੀਂ ਆਪਣੀ ਤਰਫੋਂ ਜਿੰਨਾ ਸਾਡੇ ਕੋਲ ਫੰਡ ਸੇਵਿੰਗ ਸੀ ਅਸੀਂ ਸਾਰੀ ਸੈਲਰੀ ਵੰਡ ਚੁੱਕੇ ਹਾਂ, ਹਾਲ ਦੀ ਘੜੀ ਸਾਡੇ ਕੋਲ ਕੋਈ ਅਮਾਊਂਟ ਨਹੀਂ ਕਿ ਅਸੀਂ ਸੈਲਰੀ ਜਾਂ ਛੋਟੇ ਮੋਟੇ ਖਰਚੇ ਵੀ ਕਾਲਜ ਦੇ ਕਰ ਸਕੀਏ। ਇੱਕ ਉਹਨਾਂ ਦੋਸਤ ਹੈ ਵੀ ਜਿਵੇਂ 3-4 ਬੰਦੇ ਦੀ ਤਾਂ ਸੈਲਰੀ ਆ ਰਹੀ ਹੈ, ਮਤਲਬ ਦੇ ਰਹੇ ਆ ਜਾਂ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਜੀ, 1 ਵੀ ਬੰਦੇ ਦਾ ਕੋਈ ਸੈਲਰੀ ਨਹੀਂ। ਹਾਂ, ਕਲਾਸ 4 ਜਿਹਦਾ ਕੋਈ ਮੈਡੀਕਲ ਵਾਸਤੇ ਕਿਸੇ ਨੇ ਮੰਗੀ ਹੈ ਉਹਨੂੰ ਕੋਈ 2,000-2,500 ਰੁਪਏ ਐਡਵਾਂਸ ਮੈਂ ਆਪਣੇ ਪੱਲੋਂ ਵੀ ਦੇ ਦਿੰਦਾ,
ਤੇ ਉੱਥੋਂ ਵੀ ਦਵਾ ਦੇਈਦੇ। ਅਦਰਵਾਈਜ਼ ਕੋਈ ਸੀਨੀਅਰ ਬੰਦੇ ਨੇ, ਕਿਸੇ ਟੀਚਿੰਗ ਸਟਾਫ ਦੇ ਬੰਦੇ ਨੇ, ਕਿਸੇ ਵੀ ਬੰਦੇ ਨੇ ਅੱਜ ਤੱਕ ਕਿਸੇ ਸੈਲਰੀ ਨਾ ਸੀ। ਇੱਕ ਮਲਹੋਤਰਾ ਸਾਹਿਬ, ਤੁਹਾਨੂੰ ਛੱਡ ਕੇ ਜਿਹੜੇ ਇੱਕ ਦੋ ਹੋਰ ਤੁਹਾਡੇ ਪ੍ਰਿੰਸੀਪਲ ਨੇ, ਉਹਨਾਂ ਦੇ ਉੱਪਰ ਫੀਮੇਲ ਸਟਾਫ ਕਹਿ ਰਿਹਾ ਕਿ ਸਾਡੇ ਨਾਲ ਮਿਸਬਿਹੇਵ ਕਰਦੇ ਨੇ? ਦੇਖੋ, ਇਸ ਤਰ੍ਹਾਂ ਦਾ ਮੇਰੇ ਕੋਲ ਕੋਈ ਨਿਗਾਹ 'ਚ ਨਹੀਂ ਆਇਆ। ਜੇ ਕੋਈ ਨਿਗਾਹ 'ਚ ਮੇਰੇ ਕੋਲ ਆਉਂਦਾ, ਅਸੀਂ ਜ਼ਰੂਰ ਉਸ 'ਤੇ ਐਕਸ਼ਨ ਲਵਾਂਗੇ, ਕੋਈ ਐਸੀ ਗੱਲ ਨਹੀਂ। ਸਟਾਫ ਸਾਡਾ ਸਾਰਾ ਹੀ ਸਾਡਾ ਹੀ ਹੈ। ਅੱਗੇ ਮਤਲਬ ਕੀ ਇਹਦਾ ਹੋਊਗਾ? ਮਤਲਬ ਸਰ, ਇਹ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਇਸ ਚੀਜ਼ ਦਾ, ਕਿਉਂਕਿ ਅਸੀਂ ਤਾਂ ਚਲੋ ਹੁਣ ਮੁਲਾਜ਼ਮ ਹਾਂ, ਹੁਣ ਅਸੀਂ ਕੀ ਇਸ ਗੱਲ ਦਾ ਜਵਾਬ ਦੇਵਾਂਗੇ? ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਸ ਵਾਸਤੇ। ਸੋਨੀ ਢੱਲਾ, ਦਿਵਿਆ ਪੰਜਾਬ ਟੀਵੀ, ਗਿੱਦੜਬਾਹਾ।